ਲਾਡੀ ਨੇ ਮਰਵਾਇਆ, ਇਹ ਲਾਡੀ ਦੇ ਕਹਿਣੇ ਤੇ ਹੋਇਆ ਸਾਰਾ ਕੁਝ, ਲਾਡੀ ਨੇ ਬੰਦੇ ਭੇਜੇ। ਕੀ ਗੱਲ ਕੀ ਹੋਈ ਹੈ ਜੀ, ਕੀ ਨਾਮ ਮੁੰਡੇ, ਕੀ ਗੱਲ ਕੀ ਹੋਈ? ਪਹਿਲਾਂ ਮੇਰਾ ਛੋਟਾ ਮੁੰਡਾ ਵੱਢਣ ਭੇਜਿਆ ਸਾਡੇ ਘਰੇ, ਮਾਰ ਕੇ ਗਿਆ ਸੱਟਾਂ, ਉਹ ਸਾਈਡ ਤੇ ਹੋ ਗਿਆ, ਮੇਰੇ ਬੰਦੇ ਰੇ ਮਾਰ ਕੇ ਗਏ, ਇਹ ਪੱਟੀ ਕਰਾਉਣ ਆਇਆ ਸੀ ਆਪਣੇ ਪੇ ਦੇ, ਉਹਨੇ ਇੱਥੇ ਮਾਰ ਗਿਆ ਇਹਨੂੰ, ਲਾਡੀ ਨੇ ਭੇਜੇ, ਕਹਿੰਦਾ ਮੈਂ ਤੁਹਾਡੇ ਮਗਰ ਆ, ਲਾਡੀ ਨੇ ਕਰਵਾਇਆ ਜੋ ਵੀ। ਲਾਡੀ ਕੌਣ ਹੈ ਜੀ? ਪੰਨ ਖਾਫਣੇ ਆ, ਲਾਡੀ ਨੇ ਇੱਕ ਲਵਾਂਡਾ ਭੇਜਿਆ, ਇੱਕ ਬੋਵੀ, ਸਾਰੇ ਕੋਟੀਆਂ ਦੇ ਨਾਲ ਆਏ, ਕੱਲੇ ਨੂੰ ਮਾਰ ਛੱਡਿਆ, ਸਾਨੂੰ ਜੀਂਦਿਆਂ ਚ ਮਾਰ ਦਿੱਤਾ, ਸਾਡਾ ਛੱਡਿਆ ਨੀ ਕੱਖ, ਸਾਡਾ ਫੁੱਲਾ ਵਰਗਾ ਮੁੰਡਾ ਆਏ ਹੋਏ। ਕੀ ਨਾਮ ਭਾਈ ਸਾਹਿਬ ਤੁਹਾਡਾ? ਕੀ ਹੋਇਆ, ਕੀ ਲੜਾਈ ਹੋਈ? ਪਿੰਡ ਸਾਡੇ ਪਿੰਡ ਮੇਰਾ ਸਿਰ ਪਾੜ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ। ਅੱਛਾ ਜੀ, ਮੁੰਡਾ ਡੈਥ ਹੋਈ ਹੈ ਤੁਹਾਡਾ? ਮੇਰਾ ਮੁੰਡਾ ਕਿੱਥੇ ਮਾਰਿਆ ਇਹਨੂੰ? ਸਰ ਕੀ ਇੰਸੀਡੈਂਟ ਹੋਇਆ? ਹੁਣ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਸਿਵਲ ਹਸਪਤਾਲ ਦੇ ਬਾਹਰ। ਮੇਰੀ ਨਾਈਟ ਡਿਊਟੀ ਦੌਰਾਨ ਤਕਰੀਬਨ 10 ਵਜੇ ਰਾਜਕੁਮਾਰ ਸਾਨਾ ਜਵਾਲਾ ਰਾਮ, ਜੋ ਕਿ ਆਪਣੀ ਹਿਸਟਰੀ ਲੈ ਕੇ ਆਏ ਸੀ, ਵਿਦ ਹਿਸਟਰੀ ਆਫ ਅਲੈਸਡ ਅਸੋਲਟ, ਇਹਨਾਂ ਦਾ ਲੜਾਈ ਝਗੜੇ ਦਾ ਕੇਸ ਸੀਗਾ, ਵਿਲੇਜ ਤਲਵੰਡੀ ਮਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਕਿ ਲੜਾਈ ਹੋਈ ਸੀ। ਇਹਨਾਂ ਦਾ MLR ਕੱਟ ਰਹੇ ਸੀ ਅਤੇ ਸਾਨੂੰ ਬਾਹਰ ਕਾਫੀ ਆਵਾਜ਼ਾਂ ਸੁਣੀਆਂ, ਲੜਾਈ ਝਗੜੇ ਦੀਆਂ ਕਾਫੀ ਆਵਾਜ਼ਾਂ ਸੁਣੀਆਂ। PCR ਨੂੰ ਬੁਲਾਇਆ ਗਿਆ ਫੋਨ ਕਰਕੇ, ਅਤੇ ਮਰੀਜ਼ ਉਹ ਤੱਕ ਅੰਦਰ ਆਇਆ ਜਸਪ੍ਰੀਤ ਗਿੱਲ, ਅਤੇ ਉਹ ਅਨਕੋਨਸ਼ੀਅਸ ਹਾਲਤ 'ਚ ਸੀ, ਉਸਦਾ BP ਐਂਡ ਪਲਸ ਅਨਰਿਕਾਰਡੇਬਲ ਸੀ, ਉਸਨੂੰ ਉਹਦੇ ਸਿਰ 'ਤੇ ਕਾਫੀ ਗੰਭੀਰ ਸੱਟਾਂ ਸਨ, ਅਤੇ ਉਹਨੂੰ ਰਿਵਾਈਵ ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਜ਼ ਦੀ ਮ੍ਰਿਤਿਉ ਹੋ ਗਈ। ਠੀਕ ਹੈ ਡਾਕਟਰ ਸਾਹਿਬ, ਡਾਕਟਰ ਸਾਹਿਬ ਹੁਣ ਉਹਦੀ ਲਾਸ਼ ਨੂੰ ਪੁਲਿਸ ਵਾਲੇ ਕਰਤਾ, ਕਿਸ ਤਰ੍ਹਾਂ ਮੌਕੇ 'ਤੇ ਆ ਗਈ ਪੁਲਿਸ? ਹਾਂ, ਪੁਲਿਸ ਮੌਕੇ 'ਤੇ ਆ ਗਈ ਸੀ, ਉਹਨਾਂ ਨੇ ਬਾਅਦ 'ਚੋਂ ਗੱਲ ਨੂੰ ਹੋਰ ਵਧਣ ਦਾ, ਲੜਾਈ ਝਗੜੇ ਨੂੰ ਹੋਰ ਰੋਕਣ ਦੀ ਪੂਰੀ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅੱਗੇ। ਠੀਕ ਸਰ, ਕੀ ਇੰਸੀਡੈਂਟ ਹੋਇਆ ਇੱਕ ਸਿਵਲ ਹੋਸਪਿਟਲ ਬਾਹਰ? ਹੋਸਪਿਟਲ 'ਚ ਜਿਹੜਾ ਝਗੜਾ ਤਲੋਣੀ ਮਹਿਮਾ ਪਿੰਡ ਹੋਇਆ ਸੀ। ਅੱਛਾ ਜੀ। ਉਹ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ, ਅਤੇ ਪਿੱਛੋਂ ਉਹਨਾਂ ਨੇ ਦੁਬਾਰਾ ਹਮਲਾ ਕਰਤਾ ਸਿਵਲ ਹਸਪਤਾਲ 'ਚ, ਅਤੇ ਇੱਥੇ ਇੱਕ ਬੱਚੇ ਦਾ 20-21 ਸਾਲ ਦਾ ਹੈਗਾ, ਉਹਦੀ ਡੈਥ ਹੋ ਗਈ। ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇੱਥੇ FIR ਲੋਜ਼ ਕਰਨ ਲੱਗੇ, ਅਰੈਸਟ ਵੀ ਕਰ ਲਾਂਗੇ।